ਕੀਤਾ ਗਿਆ। ਤੁਹਾਡੇ ਸਾਹਮਣੇ ਸ਼ੁਭ ਕਰਨ ਦੀ ਬਲਦੀ ਚਿਖਾ, ਮਾਪਿਆਂ ਦਾ ਇਕਲੌਤਾ ਪੁੱਤ, ਦੋ ਭੈਣਾਂ ਦਾ ਇਕਲੌਤਾ ਭਰਾ, ਬਜ਼ੁਰਗ ਦਾਦੀ ਦਾ ਸਹਾਰਾ, ਬਜ਼ੁਰਗ ਪਿਓ ਦਾ ਇਕਲੌਤਾ ਸਹਾਰਾ, ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਕਿਸਾਨ ਅੰਦੋਲਨ ਦੇ ਦੌਰਾਨ ਹਨੌਰੀ ਬਾਰਡਰ ਤੇ ਸ਼ੁਭਕਰਨ ਸ਼ਹੀਦ ਹੋਇਆ, ਅੱਜ ਨੌਵੇਂ ਦਿਨ ਉਸਦਾ ਸੰਸਕਾਰ ਕੀਤਾ ਜਾ ਰਿਹਾ। ਕਿਸਾਨੀ ਝੰਡੇ ਦੇ ਵਿੱਚ ਲਪੇਟਿਆ ਸ਼ੁਭਕਰਨ, ਮੱਥੇ ਤੇ ਸਿਹਰਾ ਸਜਾ ਕੇ ਘਰੋਂ ਭੈਣਾਂ ਨੇ ਵਿਦਾ ਕੀਤਾ, ਆਖਰੀ ਵਿਦਾਈ ਦਿੱਤੀ, ਆਖਰੀ ਸਬਰ ਵੱਲ ਤੋਰਿਆ ਸ਼ੁਭਕਰਨ ਨੂੰ। ਔਰ ਇਹ ਸ਼ੁਭਕਰਨ ਦੇ ਸੰਸਕਾਰ ਦੀਆਂ ਤਸਵੀਰਾਂ, ਸ਼ੁਭਕਰਨ ਪੰਜ ਤੱਤਾਂ ਚ ਵਲੀਨ ਹੋ ਗਿਆ, ਅਮਰ ਹੋ ਗਿਆ, ਕਿਉਂਕਿ ਬੱਲੋ ਪਿੰਡ, ਸ਼ਾਇਦ ਇਸ ਤੋਂ ਪਹਿਲਾਂ ਕਿਸੇ ਨੇ ਇਸ ਪਿੰਡ ਦਾ ਨਾਮ ਸੁਣਿਆ ਹੋਵੇ, ਪਰ ਸ਼ੁਭਕਰਨ ਦੀ ਸ਼ਹਾਦਤ ਨੇ ਇਸ ਪਿੰਡ ਨੂੰ ਵੀ ਅਮਰ ਕਰ ਦਿੱਤਾ, ਇਸ ਪਿੰਡ ਨੂੰ ਵੀ ਦੁਨੀਆਂ ਭਰ ਦੇ ਨਕਸ਼ੇ ਚ ਪਹੁੰਚਾ ਦਿੱਤਾ। ਜਿੱਥੇ ਸ਼ੁਭਕਰਨ ਆਪਣੇ ਮਾਪਿਆਂ ਦਾ ਪੁੱਤ ਸੀ, ਹੁਣ ਪੂਰੇ ਪੰਜਾਬ ਦਾ ਪੁੱਤ ਬਣ ਗਿਆ, ਹਰ ਕਿਸਾਨ ਆਗੂ ਦਾ ਪੁੱਤ ਬਣ ਗਿਆ, ਹਰ ਕਿਸਾਨ ਦਾ ਪੁੱਤ ਬਣ ਗਿਆ। ਤਾਂ ਇਸੇ ਲਈ ਅੱਜ ਸ਼ੁਭਕਰਨ ਦੀ ਸ਼ਹਾਦਤ ਨੂੰ ਸਿਜਦਾ ਕਰਨ ਦੇ ਲਈ, ਸਲਾਮ ਕਰਨ ਦੇ ਲਈ, ਸਿਰ ਝੁਕਾਉਣ ਦੇ ਲਈ ਹਰ ਇੱਕ ਸ਼ਖਸ, ਹਰ ਇੱਕ ਵਿਅਕਤੀ ਇੱਥੇ ਇਕੱਠਾ ਹੋਇਆ। ਤੁਹਾਨੂੰ ਤਸਵੀਰਾਂ ਦਿਖਾਉਣੀਆਂ ਕਿ ਕਿਵੇਂ ਇਕੱਠ, ਜਿੱਥੋਂ ਤੱਕ ਤੁਹਾਡੀ ਨਜ਼ਰ ਜਾਵੇਗੀ ਇੱਥੇ ਤੁਹਾਨੂੰ ਵੱਡਾ ਇਕੱਠ ਨਜ਼ਰ ਆਵੇਗਾ। ਕਿਸਾਨ ਆਗੂ, ਚਾਹੇ ਉਹ ਜਗਜੀਤ ਸਿੰਘ ਡੱਲੇਵਾਲ ਹੋਣ, ਸਰਵਣ ਸਿੰਘ ਪੰਧੇਰ ਹੋਣ, ਚਾਹੇ ਉਹ ਗਰਾਹਾਂ ਹੋਣ ਜਾਂ ਹੋਰ ਆਗੂ ਹੋਣ, ਇੱਥੇ ਸ਼ਹੀਦ ਨੂੰ ਆਖਰੀ ਵਿਦਾਈ ਦੇਣ ਦੇ ਲਈ ਪਹੁੰਚੇ ਨੇ। ਔਰ ਆਸ ਪਾਸ ਜਿੱਥੋਂ ਤੱਕ ਤੁਹਾਡੀ ਨਜ਼ਰ ਜਾਏਗੀ, ਤੁਹਾਨੂੰ ਇਕੱਠ ਨਜ਼ਰ ਆਏਗਾ, ਤੁਹਾਨੂੰ ਦੂਰ ਦੂਰ ਤੱਕ ਤੁਹਾਨੂੰ ਸੰਗਤਾਂ ਦਾ ਇਕੱਠ ਨਜ਼ਰ ਆਏਗਾ, ਹਰ ਪਾਸੇ ਤੁਹਾਨੂੰ ਸੰਗਤ ਨਜ਼ਰ ਆਏਗੀ। ਜਿਹੜੇ ਆਖਰੀ ਵਿਦਾਈ ਦੇਣ ਆਏ ਨੇ ਅੱਜ ਸ਼ੁਭਕਰਨ ਨੂੰ, ਦੂਰ ਦੂਰ ਤੱਕ ਸਾਹਮਣੇ ਛੱਤਾਂ ਤੇ ਚੜੇ ਹੋਏ ਲੋਕ, ਹਰ ਕੋਈ ਇਸ ਯੋਧੇ ਨੂੰ, ਇਸ ਨੌਜਵਾਨ ਨੂੰ ਆਖਰੀ ਵਿਦਾਈ ਦੇਣੀ ਚਾਹੁੰਦਾ। ਔਰ ਇਹ ਆਖਰੀ ਵਾਰ ਸ਼ੁਭਕਰਨ ਨੂੰ ਆਪਣੀਆਂ ਅੱਖਾਂ ਚ ਸਮਾਉਣਾ ਚਾਹੁੰਦੇ ਨੇ, ਉਸਦੇ ਇਸ ਆਖਰੀ ਸੰਸਕਾਰ ਦੇ ਗਵਾਹ ਬਣਨਾ ਚਾਹੁੰਦੇ ਨੇ, ਕਿਉਂਕਿ ਸ਼ੁਭਕਰਨ ਬੱਲੋ ਪਿੰਡ ਦਾ ਇਹ ਨੌਜਵਾਨ ਅੱਜ ਕਿਸਾਨਾਂ, ਹਰ ਕਿਸਾਨ ਦਾ ਪੁੱਤ ਬਣ ਗਿਆ, ਸ਼ਹੀਦ ਹੋਇਆ ਸ਼ੁਭਕਰਨ। ਤਾਂ ਸ਼ਮਸ਼ਾਨ ਤੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਵੱਲੋਂ ਇੱਕ ਖਾਸ ਜਗ੍ਹਾ ਜਿਹੜੀ ਹੈ ਉਹ ਦਿੱਤੀ ਗਈ, ਜਿੱਥੇ ਸੰਸਕਾਰ ਹੋਇਆ ਸ਼ੁਭਕਰਨ ਦਾ। ਔਰ ਇਸੇ ਜਗ੍ਹਾ ਤੇ ਦੱਸਿਆ ਜਾ ਰਿਹਾ ਹੈ ਕਿ ਸ਼ੁਭਕਰਨ ਦੀ ਯਾਦ ਹੈ ਜਿਹੜੀ ਉਹ ਵੀ ਸਥਾਪਿਤ ਕੀਤੀ ਜਾਏਗੀ, ਯਾਦ ਬਣਾਈ ਜਾਵੇਗੀ। ਤਾਂ ਇਹ ਤਸਵੀਰਾਂ ਸ਼ੁਭਕਰਨ ਦੇ ਸੰਸਕਾਰ ਦੀਆਂ ਨੇ, ਬੱਲੋ ਪਿੰਡ ਤੋਂ, ਬੱਲੋ ਪਿੰਡ ਦੇ ਸ਼ਮਸ਼ਾਨ ਘਾਟ ਦੇ ਲੋਕਾਂ ਸਾਹਮਣੇ ਇਹ ਸੰਸਕਾਰ ਕੀਤਾ ਗਿਆ, ਜਿੱਥੇ ਇਸੇ ਜਗ੍ਹਾ ਤੇ ਗੁਰਦੁਆਰਾ ਸਾਹਿਬ ਦੇ ਵੱਲੋਂ ਇਹ ਜਗ੍ਹਾ ਦਿੱਤੀ ਗਈ ਹੈ ਸੰਸਕਾਰ ਦੇ ਲਈ, ਔਰ ਇੱਥੇ ਹੀ ਉਸਦੀ ਯਾਦਗਾਰ ਸਥਾਪਿਤ ਕੀਤੀ ਜਾਏਗੀ। ਤਾਂ ਇਹ ਤਸਵੀਰਾਂ ਸ਼ੁਭਕਰਨ ਦੇ ਸੰਸਕਾਰ ਦੀਆਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਹ ਨਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਂ, ਨਿਉਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ।
ਜਾਏ। ਦੂਜਨ ਕੋ ਦਾਓ ਸੋਪਨ ਸਾਨੀਆਂ ਜੋ ਲੜੇ ਦਾ ਕੱਟ ਮਰੇ ਕਰਮ ਛੱਡ ਮਹਾਂਬਾਪ ਅਨੁਸਾਰ ਸਤਿਗੁਰ ਸਰਦਾਰ ਸਤਿਗੁਰੂ ਪਾਤਸ਼ਾਹ ਜੀਓ ਕਿਸਾਨੀ ਅੰਦੋਲਨ ਨਗਰ ਬੱਲੋ ਦੀ ਧਰਤੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਓ ਆਪ ਚਰਨਾਂ ਵਿਚ ਆਪ ਜੀ ਦੀ ਪਾਤਸ਼ਾਹ ਜੀ ਪਵਿੱਤਰ ਵਿਚ ਅੰਤਮ ਸੰਸਕਾਰ ਤੋਂ ਸੇਵਾ ਕਰਦਿਆਂ ਪਾਤਸ਼ਾਹ ਜੀ ਉਹ ਬੜੀਆਂ ਭੁੱਲਾਂ ਰਹਿ ਜਾਂਦੀਆਂ ਨੇ, ਮਾਫ ਕਰਨਾ। ਆਪ ਜੀ ਨੇ ਕਿਰਪਾ ਕਰਨੀ ਉਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਪਿੱਛੇ ਪਰਿਵਾਰ ਨੂੰ ਸੰਗਤਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ। ਸਤਿਗੁਰੂ ਪਾਤਸ਼ਾਹ ਜੀ ਉਸ ਟਾਈਮ ਸੰਗਤਾਂ ਨੂੰ ਅਲਾਹੀ ਬਾਣੀ ਨਾਮ ਚੜ੍ਹਦੀ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਕਿ ਕੱਲ ਭਾਈ ਗੁਰਦੁਆਰਾ ਅਕਾਲ ਜੋ ਪਾਤਸ਼ਾਹੀ ਛੱਬੀ ਨਗਰ ਬੱਲਰ ਦੇ ਵਿੱਚ ਪਾਵਨ ਸਥਾਨ ਹੈ ਦਾਣਾ ਮੰਡੀ ਦੇ ਕੋਲ, ਉਸ ਪਾਵਨ ਸਥਾਨ ਤੇ ਭਾਈ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਵੇਗਾ ਤੇ ਐਤਵਾਰ ਨੂੰ ਭੋਗ ਪਵੇਗਾ। ਜਿੰਨੇ ਵੀ ਦੂਰੋਂ ਨਗਰ ਨਿਵਾਸੀ ਪਹੁੰਚੇ ਨੇ ਸਾਰਿਆਂ ਨੇ ਨੋਟ ਕਰ ਲੈਣਾ ਜੀ ਕਿ ਭਾਈ ਸਾਹਿਬ ਭਾਈ ਸੋ ਕਰਨ ਸਿੰਘ ਜੀ ਦੀ ਜੋ ਅੰਤਮ ਅਰਦਾਸ ਹੈ ਭੋਗ ਹੈ ਦਿਨ ਐਤਵਾਰ ਨੂੰ ਦਾਣਾ ਮੰਡੀ ਦੇ ਵਿੱਚ ਪਿੰਡ ਵੱਲੋਂ ਵਿਖੇ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਰਿਆਂ ਨੂੰ ਬੇਨਤੀ ਹੈ ਚਾਹ ਪਾਣੀ ਦਾ ਭਾਈ ਲੰਗਰ ਚੱਲ ਰਿਹਾ, ਨਾਲ ਹੀ ਸੂਏ ਦੇ ਪਹਿਲੇ ਪਾਸੇ ਦਾਣਾ ਮੰਡੀ ਹੈ, ਚਾਹ ਪਾਣੀ ਸਾਰਿਆਂ ਨੇ ਛੱਕ ਕੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।